चक दे फटे। वेलकम टू चक दे फटे। ते मेरे नाल ने को होस्ट इशाक इस्माइल ते असी रल के हुन चकांगे फटे। थैंक यू जेबी, आई एम सो एक्साइटेड टू बी हियर ऑन चक दे फटे। आई हैव गॉट अ स्पेशल टॉपिक जस्ट फॉर यू मैन, इट्स कॉल्ड पंगा। ਉਹ ਜਦੋਂ ਆਪਾਂ ਪੰਗੇ ਦੀ ਗੱਲ ਕਰਦੇ ਹਾਂ ਤਾਂ ਬਚਪਨ ਯਾਦ ਆਉਂਦਾ, ਜਵਾਨੀ ਯਾਦ ਆਉਂਦੀ, ਬੁਢਾਪੇ 'ਚ ਹਜੇ ਅਸੀਂ ਪਹੁੰਚੇ ਨਹੀਂ। ਅਤੇ ਆਪਾਂ ਕੋਈ ਗੱਲ ਸੁਣਾਈ ਆਪਣੇ ਦਰਸ਼ਕਾਂ ਨੂੰ, ਕੋਈ ਆਪਣੇ ਬਚਪਨ ਦੀ ਅਤੇ ਆਪਣੇ ਟੀਨੇਜ ਟਾਈਮ ਦੀ, ਖਾਸ ਕਰਕੇ ਤੁਸੀਂ ਤਾਂ ਹਜੇ ਹੁਣੇ ਉਸੇ ਦੌਰ 'ਚ ਮੇਰੇ ਕੋਲ ਲੈ ਗਏ ਹੋ, ਅਤੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਟੀਨੇਜਰ ਪੰਗੇ ਕਿੱਦਾਂ ਲੈਂਦੇ ਨੇ। ਬਸ ਇੱਦਾਂ ਹੀ ਯਾਰ ਲੈਂਦੇ ਆ ਕਿ ਜਦੋਂ ਆਪਣੇ ਹੁਣ ਕਨਕਸ ਆ, ਵੈਨਕੂਵਰ ਕਨਕਸ, ਉਹ ਜਦੋਂ ਜਿੱਤਦੇ ਆ ਅਤੇ ਆਪਾਂ ਕੀ ਕਰਦੇ ਹਾਂ, ਵੀ ਗੋ ਆਊਟ ਔਨ ਟੂ ਦ ਸਟਰੀਟਸ ਐਂਡ ਵੀ ਡੂ ਭੰਗੜਾ, ਵੀ ਹੈਵ ਅ ਗੁੱਡ ਓਲਡ ਟਾਈਮ ਐਂਡ ਵੀ ਬਲੌਕ ਦੀ ਇੰਟਰਸੈਕਸ਼ਨਸ, ਯਾ ਬਲੌਕ ਦੀ ਇੰਟਰਸੈਕਸ਼ਨ, ਵੀ ਮੇਕ ਐਵਰੀਬਾਡੀ ਹੰਕ ਰਾਈਟ, ਐਂਡ ਸਮ ਟਾਈਮ ਵੀ ਆਲਸੋ ਬਲੌਕ ਦੀ ਟ੍ਰੈਫਿਕ ਫਰੋਮ ਦੀ ਇਨਕਮਿੰਗ। ਅਤੇ ਸਭ ਤੋਂ ਵੱਡਾ ਪੰਗਾ ਲੈਂਦੇ ਆਪਾਂ ਕਲਾਸ ਦੇ ਵਿੱਚ, ਤੁਹਾਨੂੰ ਵੀ ਯਾਦ ਹੋਏਗਾ ਜਦੋਂ ਪੇਪਰ ਦੇ ਜਹਾਜ਼ ਬਣਾ ਕੇ ਤੇ ਸਿੱਟਦੇ ਆ ਆਪਾਂ ਮਾੜੇ ਇੱਕ ਦੂਜੇ ਦੇ ਉੱਤੇ ਹਾਲ ਕਰਦੇ, ਤੇ ਨਾਲ ਹੀ ਆਪਾਂ ਟੀਚਰਾਂ ਨੂੰ ਤੰਗ ਕਰਦੇ ਆ। ਤੇ ਦੂਜਾ ਪੰਗਾ ਉਦੋਂ ਲੈਂਦੇ ਆ ਤੇ ਜਦੋਂ ਚਿੰਗਮ ਮੂੰਹ 'ਚ ਪਾ ਲੈਂਦੇ ਆ, ਜਦੋਂ ਚੰਗੀ ਤਰ੍ਹਾਂ ਚੂਸ ਲੈਂਦੇ ਆ ਤਾਂ ਫਿਰ ਕਿਸੇ ਦੇ ਬੈਗ ਤੇ ਬੱਟ ਤੇ ਲਾ ਦਈਏ ਤੇ ਪਿੱਛੋਂ ਸਾਰੇ ਤਾੜੀਆਂ ਮਾਰਦੇ। ਉਹ ਵਿਚਾਰੇ ਬੰਦੇ ਨੂੰ ਪਤਾ ਨਹੀਂ ਹੁੰਦਾ, ਵਿਚਾਰੇ ਦੂਜੇ ਸਟੂਡੈਂਟ ਨੂੰ ਪਤਾ ਨਹੀਂ ਹੁੰਦਾ, ਦੂਜਾ ਪੰਗਾ ਆਪਾਂ ਉਦੋਂ ਲੈਂਦੇ ਹਾਂ। ਤੇ ਫਿਰ ਆਪਾਂ ਆਲਸੋ ਫਿਰ ਆਪਾਂ ਇੱਕ ਨੋਟ ਬਣਾ ਕੇ ਕਿੱਕ ਮੀ ਦਾ ਅਤੇ ਆਪਾਂ ਪਿੱਛੇ ਸਟਿੱਕ ਕਰਦੇ ਹਾਂ, ਅਤੇ ਫਿਰ ਲੋਕ ਜਿਹੜੇ ਆ ਉਸ ਉਹਨੂੰ ਕਿੱਕ ਕਰਦੇ ਆ ਅਤੇ ਉਹ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਕੀ ਕਾਹਦੇ ਵਾਸਤੇ ਉਹਨੂੰ ਕਿੱਕ ਕਰ ਰਹੇ ਆ। ਅਤੇ ਚੌਥਾ ਪੰਗਾ ਆਪਾਂ ਉਦੋਂ ਲੈਂਦੇ ਹਾਂ ਕਿ ਜਦੋਂ ਟੀਨੇਜਰ ਹੁੰਦੇ ਹਾਂ, ਰੋਡ 'ਤੇ ਜਾਂਦੇ ਹਾਂ, ਜਿਹੜੀ ਚੀਜ਼ ਆ ਰਹੀ ਠਲ ਠਾ ਪਿਆਰ, ਇੱਧਰ ਫੁੱਟਬਾਲ ਆ ਰਹੇ, ਪੱਥਰ ਆ ਰਹੇ, ਐਨੀਥਿੰਗ ਚੱਕਦੇ ਨੇ ਫਟੇ। ਅਤੇ ਜਦੋਂ ਪੰਜਵਾਂ ਪੰਗਾ ਆਪਾਂ ਉਦੋਂ ਲੈਂਦੇ ਸ਼ਾਖ ਜੀ, ਕਦੋਂ ਜਦੋਂ ਲੇਜ਼ਰ ਪੈਨ ਲੈ ਲਈਦਾ ਅਤੇ ਲੇਜ਼ਰ ਮਾਰੀਦਾ ਕਦੀ ਉੱਥੇ ਕਦੀ ਉੱਥੇ, ਦੂਜੇ ਬੰਦੇ ਨੂੰ ਪਤਾ ਨਹੀਂ ਹੁੰਦਾ, ਤਾਂ ਪੰਗਾ ਲੈਣਾ ਆਪਾਂ ਮੂਵੀ ਥੀਏਟਰ ਦੇ ਵਿੱਚ ਵੀ ਆਪਾਂ ਇੱਦਾਂ ਹੀ ਕਰਦੇ ਹਾਂ, ਉਦੋਂ ਲੋਕਾਂ ਨੂੰ ਤੰਗ ਕਰਦੇ ਹਾਂ ਨਾ। ਅਤੇ ਖਾਸ ਕਰਕੇ ਸਾਡਾ ਪ੍ਰੋਗਰਾਮ ਕੀ ਹੈਗਾ, ਚੱਕ ਦੇ ਫਟੇ, ਜੋ ਅਸੀਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਅਤੇ ਚੱਕਦੇ ਹੀ ਰਹਿੰਦੇ ਹਾਂ, ਅਤੇ ਬੁਢਾਪੇ 'ਚ ਵੀ ਪਿੱਛਾ ਨਹੀਂ ਛੱਡਦੇ ਕਿ ਤੋਂ ਪੰਗੇ ਲੈਣ ਤੋਂ, ਪੰਗੇ ਜਿਹੜੇ ਆ ਉਹ ਕਦੀ ਹਟਦੇ ਨਹੀਂ ਯਾਰ। ਅਤੇ ਹੁਣ ਇਸ਼ਾਕ ਜੀ, ਸਾਡੇ ਦਰਸ਼ਕਾਂ ਨੂੰ ਆਪਾਂ ਪੰਗੇ 'ਤੇ ਇੱਕ ਖੂਬਸੂਰਤ ਪੰਜਾਬੀ ਗਾਣਾ ਦਿਖਾ ਦਈਏ, ਇਹ ਗੀਤ ਦੇਖੋ ਅਤੇ ਅਸੀਂ ਫਿਰ ਦੁਬਾਰਾ ਵਾਪਸ ਆਉਂਦੇ ਹਾਂ।
ਜਾਨੀ ਤੈਨੂੰ ਦੇਣ ਨੂੰ ਫਿਰਾਂ ਦੋਸਤੋ ਪੰਗਾ ਨਾ ਲਈਓ ਅਸੀਂ ਹੁਣੀ ਆਏ ਬ੍ਰੇਕ ਤੋਂ ਬਾਅਦ।